ਕੀਤੀ ਅਸੀਂ ਆਏ ਸੀ ਆਪਣਾ ਵਿਰੋਧ ਜਤਾਉਣ ਵਾਸਤੇ ਵੇਖੋ ਐਡੀ ਜ਼ਾਲਮ ਸਰਕਾਰ ਐਡੀ ਨਾਪੁੰਸ਼ਕ ਸਰਕਾਰ ਸਾਡਾ ਮੋਰਚਾ ਸ਼ੁਰੂ ਤੋਂ ਲੈ ਕੇ ਸ਼ਾਂਤਮਈ ਹੈ ਅਗਰ ਅਸੀਂ ਲੰਘਣਾ ਚਾਹੁੰਦੇ ਸਾਨੂੰ ਬੈਰੀਕੇਡ ਕੀ ਕਹਿੰਦੇ ਹੈ ਤੋੜ ਕੇ ਲੰਘ ਸਕਦੇ ਸਾਂ ਪਰ ਅਸੀਂ ਨਹੀਂ ਸ਼ਾਂਤਮਈ ਰਹਿ ਕੇ ਆਪਣਾ ਵਿਰੋਧ ਦਰਜ ਕਰਾਉਣਾ ਉਹ ਅਸੀਂ ਕਰਾ ਰਹੇ ਹਾਂ ਜੀ ते जो कल घटना वापरी है कल इतने झड़प होंगी है पत्थर भी चलते ने तो काफ़ी नुकसान भी होया कुछ लोग जख्मी भी होंगे ने तो किसने जिम्मेवार मानते हो ओ जी सरकार जिम्मेवार है प्रशासन जिम्मेवार है इन्हें बाय प्लान ये प्रोग्राम सारा होया जी इन्हें प्लान से रोज कत्ती कत्ती आ जाते हैं इन्हों अज डंडे मार के भजाया जाए कल तो नहीं आने ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ 31 ਮੈਂਬਰੀ ਜੱਥਾ ਜਿਹੜਾ ਇੱਥੇ ਪਹੁੰਚਿਆ ਸੀਗਾ 2 ਘੰਟੇ ਜਾਪ ਕੀਤਾ ਗਿਆ ਉਸ ਤੋਂ ਬਾਅਦ ਜੱਥਾ ਜਿਹੜਾ ਵਾਪਸ ਜਾ ਰਿਹਾ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੱਥਾ ਹਾਂਜੀ ਜੱਥਾ ਜਾਪ ਕਰਨ ਤੋਂ ਬਾਅਦ ਵਾਪਸ ਮੋਰਚੇ ਤੇ ਚੱਲੇ ਹਾਂਜੀ ਹਾਂਜੀ ਅਸੀਂ ਆਏ ਸੀ ਆਪਣਾ ਵਿਰੋਧ ਜਤਾਉਣ ਵਾਸਤੇ ਵੇਖੋ ਐਡੀ ਜ਼ਾਲਮ ਸਰਕਾਰ ਐਡੀ ਨਾਪੁੰਸ਼ਕ ਸਰਕਾਰ ਜਿਹੜੀ 31 ਸਿੰਘਾਂ ਤੋਂ ਡਰ ਗਈ ਏ ਅਸੀਂ ਪਹਿਲਾਂ ਨੇ ਕਿਹਾ ਵੀ ਅਸੀਂ 5 ਸਿੰਘ ਤੁਹਾਡੇ ਘਰ ਦੇ 5 ਵਾਰ-ਵਾਰ ਜਾ ਕੇ ਆਪਣਾ ਵਿਰੋਧ ਜਤਾਉਂਦੇ उस माध्यम से मुकर गया 2 घंटे से जाप किया जाप करने तो बाद उन संगत वापस चली जी जो साढ़े मोर्चे में उत्तर फैसला आया उस मोर फैसले को मानते हुए ही वापस चली ਤਾਂ ਕੱਲ ਵੀ ਇਸੇ ਤਰ੍ਹਾਂ 31 ਮੈਂਬਰ ਜਿੱਥੇ ਜਿਹੜਾ ਤੇ ਹਾਂਜੀ ਹਾਂਜੀ ਕੱਲ ਨੂੰ 31 ਮੈਂਬਰ ਜਿੱਥੇ ਪਹੁੰਚੇਗਾ ਉਹ ਜੋ ਸਾਡੀ ਮੀਟਿੰਗ ਦੇ ਵਿੱਚ ਫੈਸਲਾ ਆਏਗਾ ਸਾਡੇ ਮੋਰਚੇ ਦੇ ਆਗੂ ਜੋ ਫੈਸਲਾ ਲੈਣਗੇ ਉਹਦੇ ਮੁਤਾਬਕ ਚੱਲਿਆ ਜਾਏਗਾ ਜੀ ਅੱਜ ਵੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅੱਗੇ ਜਾਣ ਦੋ ਪਰ ਇੱਥੇ ਹੀ ਜਿਹੜਾ ਵਾਪਸ ਹੈ ਤੇ ਕੌਮੀ ਇਨਸਾਫ ਮੋਰਚੇ ਦਾ ਵੀ ਫੈਸਲਾ ਆ ਗਿਆ ਸੀ ਦੇਖੋ ਜੀ ਸਾਡਾ ਮੋਰਚਾ ਸ਼ੁਰੂ ਤੋਂ ਲੈ ਕੇ ਸ਼ਾਂਤਮਈ ਹੈ ਅਗਰ ਅਸੀਂ ਲੰਘਣਾ ਚਾਹੁੰਦੇ ਸਾਨੂੰ ਬੈਰੀਕੇਡ ਕੀ ਕਹਿੰਦੇ ਹੈ ਤੋੜ ਕੇ ਲੰਘ ਸਕਦੇ ਸਾਂ ਪਰ ਅਸੀਂ ਨਹੀਂ ਸ਼ਾਂਤਮਈ ਰਹਿ ਕੇ ਆਪਣਾ ਵਿਰੋਧ ਦਰਜ ਕਰਾਉਣਾ ਉਹ ਅਸੀਂ ਕਰਾ ਰਹੇ ਹਾਂ ਜੀ ਤੇ ਜੋ ਕੱਲ ਘਟਨਾ ਵਾਪਰੀ ਹੈ ਕੱਲ ਇੱਥੇ ਝੜਪ ਹੁੰਦੀ ਹੈ ਪੱਥਰ ਵੀ ਚੱਲਦੇ ਨੇ ਤਾਂ ਕਾਫੀ ਨੁਕਸਾਨ ਵੀ ਹੋਇਆ ਕੁਝ ਲੋਕ ਜ਼ਖਮੀ ਵੀ ਹੁੰਦੇ ਨੇ ਤਾਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਉਹ ਜੀ ਸਰਕਾਰ ਜ਼ਿੰਮੇਵਾਰ ਹੈ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਨੇ ਬਾਇ ਪਲਾਨ ਇਹ ਪ੍ਰੋਗਰਾਮ ਸਾਰਾ ਹੋਇਆ ਜੀ ਇਹਨਾਂ ਪਲਾਨ ਸੀ ਰੋਜ਼ ਕੱਤੀ ਕੱਤੀ ਆ ਜਾਂਦੇ ਨੇ ਇਹਨਾਂ ਨੂੰ ਅੱਜ ਡੰਡੇ ਮਾਰ ਕੇ ਭਜਾਇਆ ਜਾਏ ਕੱਲ ਤੋਂ ਨਹੀਂ ਆਣਗੇ ਇਸ ਕਰਕੇ ਜਿਹੜਾ ਸਾਰਾ ਵਰਤਾਰਾ ਕੱਲ ਹੋਇਆ ਉਹ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਚਾਲ ਦੇ ਨਾਲ ਸਿਆਸਤ ਦੇ ਨਾਲ ਹੋਇਆ ਜੀ ਤੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਨਾਲ 7 ਬਾਈ ਨੇਮ ਹੋਏ ਨੇ ਤੇ ਬਾਕੀ ਹੋਰ ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਉਹ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਵੇਖੋ ਜੀ ਜਦੋਂ ਆਪਾਂ ਕਿਸੇ ਵੀ ਸੰਘਰਸ਼ ਨੂੰ ਲੈ ਕੇ ਚੱਲਦੇ ਹਾਂ ਪਰਚੇ ਤੇ ਹੁੰਦੇ ਰਹਿੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਪਰਚੇ ਹੋਏ ਸਨ ਉਹ ਬਾਅਦ ਵਿੱਚ ਇਹ ਸਰਕਾਰ ਆਪਣੇ ਥੋਕੇ ਪਰ ਛੱਡ ਲੈਂਦੀ ਪਰਚੇ ਵਾਪਸ ਸਭ ਕੋਈ ਲੈਂਦੀ ਏ ਹੁਣ ਵੀ 5 ਸਿੰਘ ਸਾਡੇ ਇਹਨਾਂ ਦੇ ਮੰਤਰੀ ਦੇ ਨਾਲ ਮੀਟਿੰਗ ਕਰ ਰਹੇ ਸਨ ਇਹਨਾਂ ਨੇ ਉਹਨਾਂ ਤੇ ਵੀ ਪਰਚਾ ਕਰ ਦਿੱਤਾ ਹੈ ਕਿੱਡੀ ਵੇਖੋ ਜ਼ਾਲਮ ਸਰਕਾਰ ਹੈ ਇਹਨੇ ਨਹੀਂ ਸੋਚਿਆ ਜਿਹੜੇ ਮੀਟਿੰਗ ਦੇ ਵਿੱਚ ਮੰਤਰੀ ਨਾਲ ਮੀਟਿੰਗ ਦੇ ਬੈਠੇ ਨੇ ਉਹਨਾਂ ਦੇ ਪਰਚੇ ਦਾ ਕੋਈ ਤੁੱਕ ਬਣਦਾ ਹੈ ਇਹਨਾਂ ਉਹਨਾਂ ਦਾ ਵੀ ਪਰਚਾ ਕੀਤਾ ਜੀ ਇਹ ਸਹਿ ਭਗਵੰਤ ਮਾਨ ਨੇ ਜੀ ਹਾਂਜੀ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਜੋ ਕੱਲ ਘਟਨਾ ਵਾਪਰੀ ਉਹ ਤੋਂ ਬਾਅਦ ਰਵਈਆ ਜਿਹੜਾ ਬਦਲਦਾ ਨਜ਼ਰ ਨਹੀਂ ਆ ਰਿਹਾ ਅੱਜ ਵੀ ਤੁਹਾਨੂੰ ਕੌਮੀ ਸਾਫ ਮੋਰਚੇ ਨੂੰ ਭਗਵੰਤ ਮਾਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਗਿਆ ਕੋਈ ਕੁਝ ਕਹਿ ਨਹੀਂ ਗਿਆ ਕਿ ਮੁਲਾਕਾਤ ਕਰਨ ਨੂੰ ਤਿਆਰ ਆ ਜਾਂ ਫਿਰ ਕੁਝ ਵੀ ਆਇਆ ਨਾ ਤੁਹਾਨੂੰ ਸੇਮ ਹਾਊਸ ਤੱਕ ਪਹੁੰਚਣ ਦੀ ਕਿ ਅੱਜ ਵੀ ਵੇਖੋ ਜੀ ਇਹ ਭਗਵੰਤ ਮਾਨ 2012 ਦੇ ਵਿੱਚ ਜਦੋਂ ਭਾਈ ਗੁਰਬਖਸ਼ ਸਿੰਘ ਭੁੱਖੜਤਾਲ ਤੇ ਬੈਠੇ ਸੀ ਮੈਂ ਖੁਦ ਵੇਖਿਆ ਉਦੋਂ ਸਾਡੇ ਕੋਲ ਹੁੰਦੇ ਹੁੰਦੇ ਸਨ ਇਹ ਭਗਵੰਤ ਮਾਨ ਆਣ ਕੇ ਕਹਿੰਦਾ ਹੁੰਦਾ ਸੀ ਵੀ ਇਸ ਸਰਕਾਰ ਦੇ ਵਿੱਚ ਆਨੇ ਆ ਆਣ ਕੇ ਮੈਂ ਬੰਦੀ ਸਿੰਘਾਂ ਨੂੰ ਰਾਹ ਕਰਾਂਗਾ ਉਹ ਭਗਵੰਤ ਮਾਨ ਅੱਜ ਕੇਜਰੀਵਾਲ ਦਾ ਇੱਕ ਡੰਮੀ ਮੁੱਖ ਮੰਤਰੀ ਬਣ ਕੇ ਆ ਗਿਆ ਜੀ ਉਹ ਕਿਸੇ ਤਰ੍ਹਾਂ ਦਾ ਕੋਈ ਸੁਣ ਨਹੀਂ ਰਿਹਾ ਐਨ ਗੁੰਗਾ ਬੋਲਾ ਹੋ ਕੇ ਦਰਦੂ ਰੂਪੀ ਕੇ ਸੁਣ ਰਿਹਾ ਜੀ ਹੋਰ ਕੋਈ ਗੱਲ ਕਰਦਾ ਕੋਈ ਬਾਤ ਨਹੀਂ ਕਰ ਰਿਹਾ ਜੀ ਇਸ ਟਾਈਮ ਨਾ ਉਹਨੂੰ ਵੇਖੋ ਸਾਡੇ 4 ਮੰਗਾਂ ਨੂੰ ਮੋਰਚੇ ਦੀਆਂ ਇੱਕ ਵੀ ਮੰਗ ਸਾਡੀ ਨਜਾਇਜ਼ ਨਹੀਂ ਗਲਤ ਨਹੀਂ ਆਪਣੇ ਹੱਕ ਏ ਤੇ ਉਸ ਹੱਕ ਤੋਂ ਵੀ ਇਹ ਜ਼ਾਲਮ ਸਰਕਾਰਾਂ ਭੱਜੀਆਂ ਹੋਈਆਂ ਨੇ ਹੱਕ ਨਹੀਂ ਦੇ ਰਹੀਆਂ ਜੀ ਕਿਹੜੀਆਂ ਕਿਹੜੀਆਂ ਮੰਗਾਂ ਕਿਹੜੀਆਂ ਮੰਗਾਂ ਨੇ ਤੁਸੀਂ ਦੱਸ ਸਕਦੇ ਪਹਿਲੀ ਮੰਗ ਬੰਦੀ ਸਿੰਘਾਂ ਦੀ ਰਹੀ ਮੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੋਇਆ ਇਨਸਾਫ ਉਹ ਤੀਜੀ ਮੰਗ ਜੋ ਬਾਈਬਲ ਕਲਾ ਗੋਲੀ ਕਾਂਡ ਸੀ ਉਹਦਾ ਇਨਸਾਫ ਚੌਥੀ ਮੰਗ ਜੋ ਗੁਰੂ ਗ੍ਰੰਥ ਸਾਹਿਬ ਜੀ 328 ਸਰੂਪ ਲਾਭ ਹੋਏ ਸਨ ਉਹਨਾਂ ਦੀ ਇਹ 4 ਮੰਗਾਂ ਨੇ ਸਾਡੀਆਂ ਚਾਰੇ ਬਿਲਕੁਲ ਜਾਇਜ਼ ਨੇ ਜੀ ਆਨ ਇਨਸਾਨ ਵਾਸਤੇ ਨੇ ਇਹ ਕਿਸੇ ਇੱਕ ਧਰਮ ਦੀਆਂ ਨਹੀਂ ਹੈਗੀਆਂ ਸੱਚੀ ਮਨੁੱਖਤਾ ਦੀਆਂ 4 ਮੰਗਾਂ ਨੇ ਹਾਂਜੀ ਜੱਥਾ ਵਾਪਸ ਜਾ ਰਹੇ ਕੌਮੀ ਸਾਫ ਮੋਰਚੇ ਦੇ 2 ਘੰਟੇ ਜਾਪ ਕੀਤਾ ਗਿਆ ਉਸ ਤੋਂ ਬਾਅਦ ਸੰਗਤ ਦਾ ਕਹਿਣਾ ਹੈ ਕਿ ਰੋਸ਼ ਹੈ ਸਾਨੂੰ ਸੀਐਮ ਭਗਵੰਤ ਮਾਨ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਜਿੱਥੇ ਪੁਲਿਸ ਨੇ ਰੋਕਿਆ ਸੀ ਅੱਜ ਉੱਥੇ ਸ਼ਾਂਤ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਤੇ ਜੋ ਕੌਮੀ ਸਾਫ ਮੋਰਚੇ ਦਾ ਫੈਸਲਾ ਆਇਆ
ਰੱਖ ਦਿੱਤਾ ਇੱਥੇ ਜਿਹੜਾ ਵਾਪਸ ਗਿਆ ਕੈਮਰਾਮੈਨ ਅੱਕੀ ਦੇ ਨਾਮ ਮੈਂ ਮੀਨਾਕਸ਼ੀ ਤਾਰੀਵਾਲ ਮੋਹਾਲੀ।